ऑपरेशन सतर्क दे तहत श्री मुक्तसर साहिब जल विच चलिया सर्च अभियान। पुलिस पंजाब वालों जेल विभाग के सहयोग नाल चलाए गए ऑपरेशन सतर्क तहत श्री मुक्तसर साहिब जेल विच भी सर्च ऑपरेशन चलाया गया। SSP हरमनबीर सिंह गिल की अगवाई विच चले इस सर्च ऑपरेशन दौरान SPDC DSP पद्धर ते अधिकारियों नू निगरानी हेठ पंजाब पुलिस दे जवानों ने बैरकां विच सर्च किया। अज जी असी जेल डिपार्टमेंट दे साडे सुपरिटेंडेंट जेल मिस्टर वरुण इन्हां दा स्टाफ और मुक्तसर साहब पुलिस दे मेरे समेत साडे SP हैडक्वार्टर कुलवंत राय SPD रमनदीप भुल्लर साढ़े DSP राजेश DSPD होर बाकी दे साढ़े गस्टड अफसर असी एक कंबाइंड जिहड़ा हैगा वा ऑपरेशन सतक दे तहत जिहड़ा अज चल रहा कॉल सीगी सारियां जेलां दे विच कोई 24 जेलां दे विच अज पंजाब भर दे विच एक सर्च अभियान चलाया गया और ये सर्च अभियान दे विच असी सारियां बैरक्स जिन्ना भी कंपाउंड सीगा जेल का जिहड़ा आउटर आ इनर आ वह सारा असी जिहड़ा हैगा चंगी तरह उहनूं सर्च किया। सो कोई भी चीज़ सानू ऑब्जेक्शनेबल नहीं पाई गई और असी ये नाल नाल ये सर्च अभियान के नाल नाल असी फिर जिथे जिहड़े कैदी रहिंदे आ उत्थों दा की हाईजीन किद्दां रह रहे आ उन्हां दीआं कोई दुख तकलीफां सी नाल नाल उन्हूं उन्हां दीआं दुख तकलीफां भी पुछियां उन्हां दे वैलफेयर बारे भी जाणिया जो कि इस जेल दे विच जिन्ने भी कैदी हैगे आ सारिआं ने देवर सैटिस्फाइड ਵੀ ਜੋ ਵੀ ਉਹਨਾਂ ਦਾ ਖਾਣਾ ਹੈਗਾ ਵਾ ਜਿੱਥੇ ਉਹਨਾਂ ਦੀ ਰਹਿਸ਼ ਆ ਉਹਨਾਂ ਦੇ ਟੋਇਲੈਟਸ ਵਗੈਰਾ ਉਹਨਾਂ ਨੂੰ ਪੀਣ ਵਾਲਾ ਪਾਣੀ ਜਿਹੜਾ RO ਸਿਸਟਮ ਸਾਰੇ ਵਧੀਆ ਕੰਮ ਕਰ ਰਹੇ ਆ ਐਂਡ ਦੇ ਆਰ ਲਿਵਿੰਗ ਇਨ ਗੁੱਡ ਕੰਡੀਸ਼ਨਸ ਔਰ ਉਸ ਤੋਂ ਬਾਅਦ ਅਸੀਂ ਇੱਕ ਜਿਹੜਾ ਹੈ ਉਹ ਇੱਕ ਕਲਚਰਲ ਪ੍ਰੋਗਰਾਮ ਜਿਹੜਾ ਸੀਗਾ ਉਹ ਵੀ ਰੱਖਿਆ ਉਹਦੇ ਵਿੱਚ ਇੱਕ ਜਿਹੜਾ ਹੈ ਸਕਿੱਟ ਪਲੇ ਕੀਤਾ ਗਿਆ ਪ੍ਰੈਜ਼ੀਡੈਂਟਸ ਵੱਲੋਂ ਔਰ ਉਹ ਡਰੱਗਸ ਦੇ ਉੱਪਰ ਸੀਗਾ ਐਂਡ ਉਹ ਬਹੁਤ ਵਧੀਆ ਸੀਗਾ ਸਾਰਿਆਂ ਨੇ ਬੜਾ ਉਹਨੂੰ ਐਪਰੀਸ਼ੀਏਟ ਕੀਤਾ ਜੇਲ੍ਹ ਸਟਾਫ ਵੀ ਆਡੀਅੰਸ ਦੇ ਵਿੱਚ ਸੀਗਾ ਸਾਡੇ ਪੰਜਾਬ ਪੁਲਿਸ ਦੇ ਜਵਾਨ ਅਤੇ ਔਫਿਸਰ ਵੀ ਸਾਰੇ ਆਡੀਅੰਸ ਸੀਗੇ ਉਹਦੇ ਨਾਲ ਨਾਲ ਜਿਹੜੇ ਪ੍ਰਿਜ਼ਨਰ ਸੀਗੇ ਉਹ ਵੀ ਕਾਨਫਰੰਸ ਹਾਲ ਦੇ ਵਿੱਚ ਜਿਹੜਾ ਹੈਗਾ ਵਾ 300-400 ਦੇ ਕਰੀਬ ਸਾਰੇ ਮੈਂਬਰਸ ਬੈਠੇ ਸੀਗੇ ਸੋ ਉਸ ਤੋਂ ਬਾਅਦ ਅਸੀਂ ਜਿਹੜਾ ਕਿ 15 ਅਗਸਤ ਸਾਡਾ ਇੰਡੀਪੈਂਡੈਂਸ ਡੇ ਆ ਰਿਹਾ ਉਦੋਂ ਸਾਡੀਆਂ ਵੀ ਡਿਊਟੀਆਂ ਅਸੀਂ ਵੀ ਮਸ਼ਰੂਫ ਹੋ ਜਾਣਾ ਸੋ ਉਸ ਤੋਂ ਪਹਿਲਾਂ ਅਸੀਂ ਨਵੀਂ ਆਜ਼ਾਦੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਜਿੰਨੇ ਵੀ ਪ੍ਰਿਜ਼ਨਰ ਸੀ ਉਹਨਾਂ ਦੇ ਲਈ ਅਸੀਂ ਸਵੀਟਸ ਲੈ ਕੇ ਆਏ ਸੀ ਮਿਠਾਈਆਂ ਜੋ ਉਹਨਾਂ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕੀਤੀਆਂ ਔਰ ਤਾਂ ਕਿ ਉਹਨਾਂ ਨੂੰ ਸਾਫਦਾਪਨ ਆਪਦਾ ਅਹਿਸਾਸ ਹੋ ਸਕੇ ਔਰ ਉਹਨਾਂ ਨੂੰ ਇਹ ਲੱਗੇ ਵੀ ਅਸੀਂ ਉਹਨਾਂ ਦੇ ਨਾਲ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਾਂ ਇਹ ਕੋਈ ਗੱਲ ਨਹੀਂ ਜੇ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਕ੍ਰਾਈਮ ਹੋ ਜਾਂਦਾ ਅਤੇ ਉਹਨੂੰ ਇਹ ਭੁਗਤਣਾ ਪੈਂਦਾ ਬਟ ਉਸ ਚੀਜ਼ ਤੋਂ ਬਾਹਰ ਆਉਣ ਲਈ ਵੀ ਇੱਥੋਂ ਜਦੋਂ ਬਾਹਰ ਜਾਣ ਉਹ ਇੱਕ ਚੰਗੇ ਇਨਸਾਨ ਬਣਨ ਉਹ ਵੀ ਉਹਨਾਂ ਨਾਲ ਬੜੇ ਕਾਰਡੀਅਲ ਜਿਹੜਾ ਹੈਗਾ ਐਟਮੋਸਫੀਅਰ ਦੇ ਵਿੱਚ ਬੜਾ ਪਰਿਵਾਰਕ ਦੇ ਤੌਰ 'ਤੇ ਉਹਨਾਂ ਨਾਲ ਅਸੀਂ ਇੰਟਰੈਕਸ਼ਨ ਕੀਤਾ ਔਰ ਉਹ ਸਾਰੇ ਬੜੇ ਖੁਸ਼ ਸੀਗੇ ਅਤੇ ਸਾਨੂੰ ਵੀ ਬਹੁਤ ਚੰਗਾ ਲੱਗਾ।